ਦਾ, ਸਰਪੰਚਾਂ ਦਾ, ਪ੍ਰਧਾਨਾਂ ਦਾ, ਸਭ ਦਾ ਧੰਨਵਾਦ ਕਰਦਾ, ਜਿਹੜੇ ਤੇ ਪੇਰੈਂਟਸ ਦਾ ਜਿਨ੍ਹਾਂ ਨੇ ਇੰਨੇ ਸਦੀ ਸਾਡਾ ਸਾਥ ਦਿੱਤਾ, ਸਾਰੇ ਆਏ, ਸਕੂਲ ਦੀ ਸ਼ਾਨ ਨੂੰ ਵਧਾਇਆ, ਆਪਣਾ ਕੀਮਤੀ ਟਾਈਮ ਦਿੱਤਾ, ਸਭ ਦਾ ਬਹੁਤ ਬਹੁਤ ਧੰਨਵਾਦ। ਇੱਦਾਂ ਹੀ ਸਾਡਾ ਸਾਥ ਦਿੰਦੇ ਰਹਿਣ ਤੇ ਅਸੀਂ ਇੱਦਾਂ ਹੀ ਸੇਵਾ ਕਰਦੇ। ਵੱਖਰੀ ਬੰਦਗੀ ਦਾ ਇੱਕ ਰੂਪ ਪੇਸ਼ ਕੀਤਾ ਜਾ ਸਕੇ। ਸਾਡੇ ਪੰਜਾਬੀ ਸੱਭਿਆਚਾਰ, ਸਾਡੀ ਅਮੀਰ ਸੰਸਕ੍ਰਿਤੀ, ਜਿਹਨੂੰ ਅਸੀਂ ਕਿਤੇ ਪਿੱਛੇ ਛੱਡਦੇ ਜਾ ਰਹੇ ਹਾਂ, ਨਵੀਆਂ ਚੀਜ਼ਾਂ ਦੇ ਪਿੱਛੇ ਭੱਜਦੇ ਹੋਏ ਅਸੀਂ ਮਸ਼ੀਨੀ ਯੁੱਗ ਦੇ ਵਿੱਚ ਬਹੁਤ ਕੁਛ ਭੁੱਲਦੇ ਜਾ ਰਹੇ ਹਾਂ। ਸਾਡੇ ਛੋਟੇ ਛੋਟੇ ਬੱਚਿਆਂ ਨੇ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਨਾਲ ਅਸੀਂ ਆਪਣੀ ਪੰਜਾਬੀ ਸੱਭਿਆਚਾਰ ਨੂੰ, ਆਪਣੀ ਸੰਸਕ੍ਰਿਤੀ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਇਹਨਾਂ ਛੋਟੇ ਛੋਟੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ, ਇੱਕ ਮਹੀਨੇ ਤੋਂ ਉਹ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਇਸ ਮੁਕਾਮ ਤੱਕ ਪਹੁੰਚੇ ਨੇ। ਤੇ ਸਾਡੀ ਤੁਹਾਡੇ ਅੱਗੇ ਇੱਕ ਬੇਨਤੀ ਹੈ ਕਿ ਤੁਸੀਂ ਸਾਰੇ ਬੜੇ ਪਿਆਰ ਦੇ ਨਾਲ ਉਹਨਾਂ ਦੀਆਂ ਪਰਫਾਰਮੈਂਸਿਸ ਨੂੰ ਦੇਖੋ। ਜਿਹੜਾ ਵੀ ਆਈਟਮ ਹੈ ਉਹਦੇ ਵਿੱਚ ਇੱਕ ਸੰਦੇਸ਼ ਛੁਪਿਆ ਹੋਇਆ ਹੈ, ਜੇ ਤੁਸੀਂ ਉਸ ਨੂੰ ਧਿਆਨ ਨਾਲ ਦੇਖੋਗੇ ਉਸ ਮੈਸੇਜ ਦਾ ਤੁਹਾਨੂੰ ਤਾਂ ਹੀ ਪਤਾ ਲੱਗੇਗਾ। ਔਰ ਇੱਕ ਰਿਕੁਐਸਟ ਹੈ ਕਿ ਜਦੋਂ ਬੱਚੇ ਕੋਈ ਵੀ ਪਰਫਾਰਮੈਂਸ ਦਿੰਦੇ ਨੇ, ਪਲੀਜ਼ ਉਹਨਾਂ ਦਾ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕਰਿਆ ਕਰੋ, ਉਹਨਾਂ ਨੂੰ ਹੌਸਲਾ ਅਫਜ਼ਾਈ ਮਿਲਦੀ ਹੈ। ਇੱਕ ਬੱਚੇ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਉਹਦੀ ਪੜ੍ਹਾਈ ਦਾ ਹੀ ਜ਼ਰੂਰੀ ਨਹੀਂ ਹੈ, ਉਹਦੀ ਪਰਸਨੈਲਿਟੀ ਡਿਵੈਲਪਮੈਂਟ ਵਾਸਤੇ ਉਹਦੇ ਹਰ ਪੱਖੋਂ ਵਿਕਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰ ਇਹ ਫੰਕਸ਼ਨ ਜੋ ਅਸੀਂ ਕਰਵਾਉਂਦੇ ਹਾਂ ਉਹਦੇ ਵਿੱਚ ਤੁਹਾਨੂੰ ਬੱਚੇ ਦੇ ਸਰਵਪੱਖੀ ਵਿਕਾਸ ਦਾ ਪਤਾ ਲੱਗਦਾ ਹੈ। ਪੜ੍ਹਾਈ ਦੇ ਨਾਲ ਨਾਲ ਕਰਿਕੁਲਰ ਐਕਟੀਵਿਟੀਜ਼ ਦੇ ਵਿੱਚ ਜਿਹੜੇ ਬੱਚੇ ਪਾਰਟਿਸਪੇਟ ਕਰਦੇ ਨੇ ਉਹਨਾਂ ਨੂੰ ਹੀ ਅੱਗੇ ਜਾ ਕੇ ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਹੁੰਦੀ ਹੈ ਔਰ ਉਹਨਾਂ ਨੂੰ ਅੱਗੇ ਸਮਾਜ ਦੇ ਵਿੱਚ ਵਿਚਰਨ ਦਾ ਪਤਾ ਲੱਗਦਾ। ਅੱਜ ਅਸੀਂ ਸਾਲਾਨਾ 2019 ਇਨਾਮ ਵੰਡ ਸਮਾਗਮ ਔਰ ਦਰਪਣ 2019 ਦੇ ਵਿੱਚ ਤੁਹਾਡਾ ਸਭ ਦਾ ਬਹੁਤ ਸਵਾਗਤ ਕਰਦੇ ਹਾਂ, ਤੁਹਾਨੂੰ ਜੀ ਆਇਆਂ ਆਖਦੇ ਹਾਂ। ਉਮੀਦ ਹੈ ਤੁਸੀਂ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਇੰਜੋਏ ਕਰੋਗੇ। ਇਹ ਬਹੁਤ ਸ਼ਲਾਘਾਯੋਗ ਕਦਮ ਆ ਸ਼ਾਹਰ ਬੰਸ ਪਬਲਿਕ ਸਕੂਲ, ਇੰਟਰਨੈਸ਼ਨਲ ਪਬਲਿਕ ਸਕੂਲ ਦਾ, ਜੋ ਹਰ ਸਾਲ ਇਹ ਫੰਕਸ਼ਨ ਕਰਦੇ ਨੇ ਔਰ ਤਕਰੀਬਨ 15 ਸਾਲ ਤੋਂ ਲਗਾਤਾਰ ਇਹ ਸਕੂਲ ਚੱਲ ਰਿਹਾ ਔਰ ਬਹੁਤ ਹੀ ਇਹ ਤਰੱਕੀਆਂ ਨੂੰ ਸ਼ੁਰੂ ਕਰ ਰਹੇ ਨੇ। ਹੁਣ ਜਿਸ ਤਰ੍ਹਾਂ ਸਕੂਲ ਦਾ ਪ੍ਰਬੰਧ ਜਿਹੜਾ ਪਿਛਲੇ 4 ਸਾਲ ਤੋਂ ਭੈਣ ਜੀ ਨਵਦੀਪ ਕੌਰ ਜੀ ਕੋ ਪ੍ਰਿੰਸੀਪਲ ਮੈਡਮ ਤੋਂ ਆਇਆ ਨੇ, ਉਹਨਾਂ ਬਹੁਤ ਹੀ ਵਧੀਆ ਬੱਚਿਆਂ ਨੂੰ ਚੰਗੀ ਤਾਲੀਮ ਦਿੱਤੀ ਆ, ਸਿੱਖਿਆ ਵਜੋਂ ਬਹੁਤ ਉੱਪਰ ਲੈ ਕੇ ਗਏ ਨੇ ਅਤੇ ਜਿਹੜਾ ਫੰਕਸ਼ਨ ਕੀਤਾ ਵਾ ਇਹਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਸਕਿੱਟ ਪੇਸ਼ ਕੀਤੀ ਆ, ਮਾਡਰਨ ਵੀ ਅਤੇ ਧਾਰਮਿਕ ਵੀ, ਹਰ ਤਰ੍ਹਾਂ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਆ ਅਤੇ ਮਾਪਿਆਂ ਨੂੰ ਵੀ ਸਿੱਖਿਆ ਚਾਹੀਦੀ ਤੁਹਾਡੇ ਬੱਚੇ ਸਕੂਲ 'ਚ ਕੀ ਕੁਛ ਸਿੱਖਦੇ ਨੇ, ਪੜ੍ਹਾਈ ਦੇ ਨਾਲ ਨਾਲ ਜਿਹੜੀਆਂ ਬੱਚੇ ਨੂੰ ਧਾਰਮਿਕ ਗਤੀਵਿਧੀਆਂ ਨੇ ਜਾਂ ਸੋਸ਼ਲ ਗਤੀਵਿਧੀਆਂ ਨੇ ਉਹਦੀ ਵੀ ਜਾਣਕਾਰੀ ਦਿੱਤੀ। ਬਹੁਤ ਸ਼ਲਾਘਾ ਜੋਗਾ, ਅਸੀਂ ਲਾਕਾ ਪਰ ਅਰਦਾਸ ਕਰਦੇ ਪਰਮਾਤਮਾ ਸਕੂਲ ਜਾਂ ਸਕੂਲ ਆ ਜਿਨ ਦੁਗਣੀ ਚਾਹ ਤੋਂ ਤਰੱਕੀ ਕਰੇ। ਮੈਂ ਨਵਦੀਪ ਕੌਰ ਜੀ ਭੈਣ ਜੀ ਹੋਣਾ ਨੂੰ ਬਹੁਤ ਪਰਮਾਤਮਾ ਤੰਦਰੁਸਤੀ ਪਰਸੋ ਸਕੂਲ ਨੂੰ ਹੋਰ ਵੀ ਚੜ੍ਹੇ ਕਦਮਾਂ 'ਤੇ ਲੈ ਕੇ ਜਾਣ, ਆਪਣੇ ਵੱਡੇ ਬਜ਼ੁਰਗਾਂ ਦੇ ਨਾਂ 'ਤੇ ਸਕੂਲ ਖੋਲਿਆ ਸ਼ਾਹ ਹਰਬੰਸ ਪਬਲਿਕ ਸਕੂਲ, ਉਹਨਾਂ ਦੇ ਨਾਂ ਰੋਸ਼ਨ ਕਰਨ। ਇੰਨੇ ਗੱਲ ਕਰਨਾ ਜੀ, ਮੇਰੇ ਤੋਂ ਪਹਿਲਾਂ ਮੇਰੇ ਛੋਟੇ ਜਿਹੇ ਟੋਨੀ ਸਾਹਿਬ ਨੇ ਬੜੇ ਵਿਸਥਾਰ ਨਾਲ ਇਸ ਸਕੂਲ ਬਾਰੇ ਦੱਸਿਆ। ਇਹ ਸਕੂਲ ਜਿਹੜਾ ਵਾ ਸਾਡੇ ਪਛੜੇ ਹੋਏ ਇਲਾਕੇ ਵਾਸਤੇ ਇੱਕ, ਮੈਂ ਸਮਝਦਾ ਵੀ ਇਹ ਸੋਨੇ ਦੀ ਖਾਰ ਆ, ਜਿੱਥੇ ਵਿਦਿਆ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸਾਡੇ ਬੱਚਿਆਂ ਨੂੰ ਪੜ੍ਹਾ ਰਹੇ ਆ ਔਰ ਜਿਹੜੇ ਸਾਡੇ ਬੱਚੇ ਆ ਪੜ੍ਹ ਲਿਖ ਕੇ ਚੰਗੀ ਤਰੱਕੀ ਕਰ ਰਹੇ ਆ। ਤਾਂ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਇਹ ਜਿਹੜਾ ਸਕੂਲ ਆ ਇਸ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਸਾਡੇ ਸਮਾਜ ਨੂੰ ਜਿੱਦਾਂ ਇਹ ਬਹੁਤ ਹੀ ਚੰਗੀ ਸੇਧ ਦੇ ਰਹੇ ਆ। ਇਸ ਕਰਕੇ ਮੈਂ ਪ੍ਰਬੰਧਕਾਂ ਦਾ, ਭਾਜੀ ਕੁਲਵਿੰਦਰ ਸਿੰਘ ਜੀ ਹੋਣਾ ਦਾ, ਜਿਹੜੇ ਵੇਖੋ ਜਲੰਧਰੋਂ ਆ ਕੇ ਇੱਥੇ ਸਾਡੇ ਵਿੱਚ ਆ ਕੇ ਸਾਡੇ ਬੱਚਿਆਂ ਨੂੰ ਚੰਗੀ ਮਿਆਰੀ ਸਿੱਖਿਆ ਦੇ ਰਹੇ ਆ, ਇਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ। ਸਾਰੇ ਪ੍ਰਬੰਧਕਾਂ ਦਾ, ਸਟਾਫ ਦਾ, ਸਭ ਦਾ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।